बागबानी दे प्रेमियां नाल एक मुलाकात साड़ी बागबानी कला विज्ञान टेक्नोलॉजी अते वध रहे पौद्यां दे कारोबार नाल नजिठदी है। ए पौद्यां दा अध्ययन भी है। इस विच चिकित्सक पौद्यां फलां सब्जियां गिरीदारां बीजां आलणे स्पाउट मशरूम एलगी फुल्लां सीवेडस अते गैर फूल फसलां जिवें कि घाह अते सजावटी रुख अते पौद्यां दी काशत शामिल है। इस विच प्लांट दी संभाल लैंडस्केप बहाली लैंडस्केप अते बाग डिजाइन उसारी अते रख रखाव अते कब्रस्तीचर शामिल हन। खेतीबाड़ी दे अंदर बागबानी वखरी पहचान रखदी है। इस तरह दे बागबानी प्रेमी नाल गलबात करन दौरान उहना दस्या कि शौंक नाल बागबानी करदे हां ते इस दा लाभ भी मिल रहा। उहना दस्या कि दो कनाल जमीन विच बागबानी करके इस दे वधिया नतीजियां तों प्रभावित हो के होर अग्गे भी करन दी इच्छा रखदे हां। सत श्री अकाल जी सारिआं नूं, मैं हाँ जगजीत सिंह डल। अज पहुँचे हुए हाँ कस्बा खालड़ा दे नज़दीक पिंड डल विखे। खेतां दे विच पहुँचे हुए हाँ जिथों का पता लगा सी कि एक किसान वीर वालों अपनी जिहड़ी उह बगीची तैयार की गई है घरेलू जिहनूं आपां कह सकदे हाँ खेतां दे विच। जिस तरह उहदे विच औलियां दे बूटे फालसे दे होर भी जिहड़े आ 9-10 तरह के जिहड़े उह बूटे उहनां लाए हुए आ। तो साडा विखाउण दा मकसद इह आ तुहानूं कि पंजाब दी धरती एक इहो जी आ जिथे कोई भी किसान मेहनत करे तो उत्थे कुछ भी जिहड़ा आपां बीज लईए ते उह किहड़ा पिंड उग सकदा। सो जिस तरह तुसीं बगीची लाई खेत दे विच उहनां नाल गल्लबात इहदे विच किहड़े-किहड़े जिहड़े आ उह फलदार बूटे इस तों इलावा जिहड़ा ਤੇ ਪਤਾ ਲੱਗਾ ਸੀ ਕਿ ਇੱਥੇ ਤੁਹਾਡੇ ਇੱਕ ਔਲਿਆਂ ਦਾ ਬੂਟਾ ਜੋ ਫਲ ਦੇ ਰਿਹਾ। ਹਾਂਜੀ ਹਾਂਜੀ ਔਲਿਆਂ ਦਾ ਬੂਟਾ ਵੀ ਹੈਗਾ ਜੀ। 6-7 ਸਾਲ ਹੋ ਗਏ ਲਾਏ ਨੂੰ। ਅੱਛਾ ਜੀ। ਤੇ ਦੋ ਵਾਰਾਂ ਪਿਛਲੇ ਸਾਲ ਵੀ ਤੋੜੇ ਆ 10-12 ਕਿਲੋ ਤੇ ਐਰਕਾਂ ਵੀ 10-12 ਕਿਲੋ ਪਰਸੋਂ ਚ ਤੋੜ ਕੇ ਖੜੇ ਆ। ਤੇ ਕਿੰਨੇ ਕੁ ਜਿਹੜੇ ਇਸ ਬਗੀਚੀ ਦੇ ਵਿੱਚ ਹੋਰ ਵੀ ਬੂਟੇ ਲਾਏ ਤੁਸੀਂ? ਕੇਲਿਆਂ ਦਾ ਹੈਗਾ, ਨਾਰਾਂ ਦਾ ਹੈਗਾ, 10 ਕਿਸਮ ਦੇ ਬੂਟੇ ਹੈਗੇ ਆ। ਤੇ ਕਿਸ ਤਰ੍ਹਾਂ ਜਿਹੜਾ ਇਹ ਸ਼ੌਂਕ ਪਿਆ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਜਿਹੜਾ ਪਿਤਾ ਜੀ ਨੂੰ ਇਹ ਸ਼ੌਂਕ ਸਾਡੇ ਨੂੰ ਉਹ ਇਹ ਮਿਹਨਤ ਕਰਦੇ ਆ ਇਸ ਚੀਜ਼ ਨੂੰ ਉਹ ਸ਼ੌਂਕੀ ਨੇ ਉਹ ਸਬਜ਼ੀਆਂ ਸੁਬਜ਼ੀਆਂ ਨੇ ਕਮਟਾ ਉਹਨਾਂ ਨੇ ਸਾਰੀ ਫਸਲ ਬੀਜੀ ਆ। ਕਿੰਨਾ ਕੁ ਜਿਹੜਾ ਥਾਂ ਬਾਗਬਾਨੀ ਦੀ ਰੱਖੀ? ਇੰਨਾ ਕੁ ਮਤਲਬ 2 ਕਨਾਲ ਥਾਂ ਰੱਖਿਆ ਹਾਂ ਸਿਰਫ ਇਸੇ ਥਾਂ ਕਰਕੇ ਵੀ ਜੋ ਸਬਜ਼ੀ ਭਾਜੀ ਬੀਜਣੀ ਆ ਜਾਂ ਫਲ ਵਾਲੇ ਬੂਟੇ ਲਾਉਣੇ ਆ ਜਿੱਦਾਂ ਕੇਲੇ ਹੋਏ ਨਾਰ ਹੋਏ ਔਲੇ ਹੋਏ ਅਤੇ ਲੀਚੀਆਂ ਆਈਆਂ ਸ਼ਹਿਤੂਤ ਹੋਏ ਇਹੋ ਜਿਹੀਆਂ ਮਿੱਠੀਆਂ ਚੀਜ਼ਾਂ ਸਾਰੀਆਂ ਬੇਰੀ ਹੋਈ ਦੁਸਹਿਰੀ ਅੰਬ ਹੋਏ ਤੇ ਜਿੰਨੇ ਵੀ ਬੂਟੇ ਸਾਰਿਆਂ ਨੂੰ ਲੱਗਦਾ ਫਲ? ਹਾਂਜੀ ਸਾਰਿਆਂ ਨੂੰ ਫਲ ਲੱਗਦਾ ਜੀ। ਕੀ ਕਹਿਣਾ ਕੀ ਹੈ ਤੁਹਾਡਾ ਇਸ ਬਾਰੇ ਕਿ ਪੰਜਾਬ ਦੀ ਧਰਤੀ ਜਿਹੜੀ ਇੱਥੇ ਕੋਈ ਵੀ ਚੀਜ਼ ਹੋ ਸਕਦੀ ਜਿਸ ਤਰ੍ਹਾਂ ਔਲਿਆਂ ਦਾ? ਮਿਹਨਤ ਕਰੇ ਕੋਈ ਮਿਹਨਤ ਦੇ ਨਾਲ ਮਿਹਨਤ ਦੇ ਨਾਲ ਜੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਆ ਇੱਥੇ ਹੀ ਆਪਾਂ ਸਭ ਕੁਛ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਆਪਾਂ ਕਰ ਸਕਦੇ ਹਾਂ ਮਿਹਨਤ ਤੋਂ ਕਮਾਈ ਵੀ ਕਰ ਸਕਦੇ ਹਾਂ ਅਤੇ ਆਪਣੀ ਵਰਤੋਂ ਦੀਆਂ ਜਿਹੜੀਆਂ ਵਸਤੂਆਂ ਉਹ ਵੀ ਆਪਾਂ ਪੈਦਾਵਾਰ ਕਰਕੇ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਹਾਂ। ਆਪਾਂ ਸ਼ੌਂਕ ਦੇ ਨਾਲ ਹਰ ਇੱਕ ਚੀਜ਼ ਪੈਦਾ ਹੋ ਸਕਦੀ ਆ ਹਰ ਇੱਕ ਚੀਜ਼ ਦੇ ਮਿਹਨਤ ਕਰਕੇ। ਤੇ ਹੁਣ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਬਾਗਬਾਨੀ ਵਧਾਉਣ ਦਾ ਕੋਈ ਇਰਾਦਾ? ਵਧਾਉਣ ਦਾ ਇਰਾਦਾ ਹੈਗਾ ਆ। ਔਲੇ ਤਾਂ ਫਲ ਵੇਖ ਕੇ ਜੀ ਪਹਿਲਾਂ ਤਾਂ ਇੱਕ ਬੂਟਾ ਲਾ ਕੇ ਵੇਖੇ ਸੀਗੇ ਫਲ ਦਊਗਾ ਕਿ ਜਾਂ ਨਹੀਂ ਦਊਗਾ। ਕੁਛ ਤਾਂ ਵਿੱਚੋਂ ਬੰਦੇ ਡਰਾਉਂਦੇ ਸੀਗੇ ਅਤੇ ਪੰਜਾਬ 'ਤੇ ਮਤਲਬ ਔਲੇ ਦਾ ਜਿਹੜਾ ਫਲ ਨਹੀਂ ਮਿਲਣਾ ਆਪਾਂ ਨੂੰ, ਬੂਟਾ ਹੋ ਜਾਂਦਾ ਪਰ ਫਲ ਨਹੀਂ ਲੱਗਦਾ ਜੀ। ਹਾਂਜੀ। ਪਰ ਹੁਣ ਉਸਦਾ ਫਲ ਲੈਣ ਤੋਂ ਬਾਅਦ ਪਤਾ ਲੱਗਾ ਹੋਰ ਵੀ ਉਸਦੇ ਛੋਟੇ ਛੋਟੇ ਬੂਟੇ ਜਿਹੜੇ ਆ ਤਿਆਰ ਕਰਨੇ ਹੋਰ ਤਿਆਰ ਕਰਨੇ ਜੀ। ਇਹ ਮਤਲਬ ਔਲੇ ਦੇ ਬੂਟੇ ਹੋਰ ਵਧਾ ਦੇਣੇ ਆ ਜੀ। ਕਿੰਨੇ ਸਾਲ ਬਾਅਦ ਜਿਹੜਾ ਇਹਨੂੰ ਫਲ ਲੱਗਣ ਲੱਗਾ? 5-6 ਸਾਲਾਂ ਬਾਅਦ 'ਚ ਇਹ ਤਿਆਰ ਹੋ ਜਾਂਦਾ ਅਤੇ ਫਲ ਦੇਣ ਦਾ ਪੈਂਦਾ। ਅਸੀਂ ਪਿਛਲੀ ਵਾਰ ਵੀ 10-15 ਕਿਲੋ ਤੋੜ ਕੇ ਖੜੇ ਆ ਅਤੇ ਐਰਕਾਂ ਵੀ ਪਰਸੋਂ ਚੌਥ ਹੋ ਗਿਆ ਵੀ 10-15 ਕਿਲੋ ਵਾਲੇ। ਇਸ ਤੋਂ ਇਲਾਵਾ ਸਬਜ਼ੀਆਂ ਵੀ ਕੋਈ ਲੱਗੀਆਂ ਇਹਦੇ ਵਿੱਚ? ਮਤਲਬ ਲਾਈਆਂ ਅਸੀਂ ਬਤਾਊ ਹੋਏ ਜਿਹੜੀ ਨਿੱਕੀ ਮੁੱਟੀ ਆ ਘਰੇਲੂ ਲੋੜ ਦੀਆਂ ਸਾਰੀਆਂ ਹੀ ਸਬਜ਼ੀਆਂ ਜੀ ਇਸ ਬਗੀਚੀ ਦੇ ਵਿੱਚ ਮੌਜੂਦ ਨੇ ਜੀ। ਹਾਂਜੀ। ਅਤੇ ਜਿਵੇਂ ਕਿ ਮਤਲਬ ਮਿਰਚਾਂ ਵੀ ਆ, ਤੁਸੀਂ ਹੁਣ ਅੱਗੇ ਤੋਂ ਸਾਡੇ ਜਹਿਦਾਰ ਸਾਹਿਬ ਨੇ ਉਹ ਮੋਢੀਆਂ ਰੱਖ ਲਈਆਂ ਵਾ, ਹਾਂ ਅਤੇ ਉਹ ਤੁਸੀਂ ਵੇਖ ਸਕਦੇ ਜੀ।